ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧਿਮਾਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ ਤੇ। ਇਸ ਵੇਲੇ ਅਸੀਂ ਖੜੇ ਹਾਂ ਸਰਦੂਲਗੜ੍ਹ ਦੀ ਰੋਡ ਤੇ, ਜਿਹੜੀ ਕਿ ਸਿੱਧੀ ਸਿਰਸਾ ਨੂੰ ਜਾਂਦੀ ਹੈ। ਸੋ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ। ਹੁਣੇ ਹੁਣੇ ਇੱਥੇ ਇੱਕ ਵੱਡਾ ਹਾਦਸਾ ਹੁਣ ਬਚ ਗਿਆ। ਇੱਕ ਵੱਡਾ ਰੁੱਖ ਜੋ ਕਿ ਸੜਕ ਦੇ ਕਿਨਾਰੇ ਖੜ੍ਹਾ ਸੀ, ਅਚਾਨਕ ਡਿੱਗ ਜਾਂਦਾ ਹੈ ਬਾਰਿਸ਼ ਤੋਂ ਬਾਅਦ, ਜੋ ਕਿ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਸੀ, ਹਾਦਸੇ ਦਾ ਸਬਬ ਬਣ ਸਕਦਾ ਸੀ। ਸੋ ਇਸ ਰੁੱਖ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਘਟਨਾ ਬਾਰੇ ਦੱਸ ਸਕਦੇ ਹੋ ਜੀ, ਕੀ ਹੋਇਆ, ਕਿਵੇਂ ਵਾਪਰੀ ਹੈ? ਅਸੀਂ ਤਾਂ ਕੁਛ ਨਹੀਂ, ਅਸੀਂ ਤਾਂ ਰੱਸਾ ਲਿਆਂਦਾ ਅਤੇ ਟੋਜਨ ਪਾ ਕੇ ਗੱਡੀ ਕੱਢ ਰਹੇ ਹਾਂ। ਅੱਛਾ, ਇਹ ਰੁੱਖ ਪਹਿਲਾਂ ਤੋਂ ਡਿੱਗਿਆ ਹੋਇਆ ਸੀ? ਪਹਿਲਾਂ ਤੋਂ ਡਿੱਗਿਆ ਹੋਇਆ ਸੀ, ਉਹ ਟਰੈਕਟਰ ਪਾਸੇ, ਉਹ ਟਰੈਕਟਰ ਕੱਢਿਆ ਅਤੇ ਹੁਣ ਡਾਹਣਾ ਪਰ ਚੱਕ ਕੇ ਪਾਸੇ ਕੀਤਾ ਜੀ। ਅਤੇ ਵੈਸੇ ਕਿਹਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਰੁੱਖਾਂ ਦੀ ਸਾਂਭ ਸੰਭਾਲ? ਜੰਗਲਾਤ ਮਹਿਕਮੇ ਦੀ ਹੁੰਦੀ ਜੀ। ਜੰਗਲਾਤ ਮਹਿਕਮੇ ਦੀ? ਹਾਂਜੀ, ਜੰਗਲਾਤ ਮਹਿਕਮੇ ਦੀ। ਸੋ ਜੀ, ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਲੋਕਾਂ ਨੂੰ ਵੀ ਪਤਾ ਹੈ ਕਿ ਕਿਹਦੀ ਜ਼ਿੰਮੇਵਾਰੀ ਹੈ, ਪਰ ਜਿਹਦੀ ਜ਼ਿੰਮੇਵਾਰੀ ਆ ਉਹਨੂੰ ਇਹ ਨਹੀਂ ਪਤਾ ਕਿ ਇਹਨਾਂ ਰੁੱਖਾਂ ਦੇ ਕਾਰਨ, ਇਹਨਾਂ ਦੇ ਡਿੱਗਣ ਕਾਰਨ ਕਿੱਡੇ ਵੱਡੇ ਹਾਦਸੇ ਵਾਪਰ ਸਕਦੇ ਆ। ਸੋ ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦਾ ਨਤੀਜਾ ਤੁਸੀਂ ਦੇਖ ਰਹੇ ਹੋ ਕਿ ਵੱਡਾ ਹਾਦਸਾ ਵਾਪਰ ਸਕਦਾ ਸੀ। ਮੈਂ ਆਪਣੇ ਸਾਥੀ ਨੂੰ ਕਹੂੰਗਾ ਕਿ ਇੱਕ ਵਾਰ ਤੁਹਾਨੂੰ ਪੂਰਾ ਰੁੱਖ ਦਿਖਾ ਦੇਵੇ ਕਿ ਕਿੱਡਾ ਵੱਡਾ ਇਹ ਰੁੱਖ ਹੈ, ਅਤੇ ਜੇਕਰ ਕੋਈ ਸਵਾਰੀ ਉਸ ਸਮੇਂ ਇਹਦੇ ਹੇਠੋਂ ਦੀ ਲੰਘ ਰਹੀ ਹੁੰਦੀ ਤਾਂ ਕਿੱਡਾ ਵੱਡਾ ਹਾਦਸਾ ਵਾਪਰ ਸਕਦਾ ਸੀ। ਸਿਰਫ ਉਹਦੇ ਨਾਲ ਹੀ ਨਹੀਂ, ਉਸ ਤੋਂ ਪਿੱਛੇ ਆ ਰਹੀਆਂ ਸਵਾਰੀਆਂ ਦੇ ਨਾਲ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ। ਸੋ ਸਰਦੂਲਗੜ੍ਹ ਸਿਰਸਾ ਰੋਡ ਦੀਆਂ ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਇੱਕ ਪੂਰੀ ਬੱਸ ਰੁੱਕ ਗਈ ਹੈ, ਦੋ ਬੱਸਾਂ ਤੁਸੀਂ ਦੇਖ ਸਕਦੇ ਹੋ ਹਰਿਆਣਾ ਰੋਡਵੇਜ਼ ਦੀਆਂ, ਸਵਾਰੀਆਂ ਹੈਰਾਨ ਪਰੇਸ਼ਾਨ ਹੋ ਰਹੀਆਂ ਨੇ ਅਤੇ ਆਵਾਜਾਈ ਠੱਪ ਹੋ ਗਈ ਹੈ, ਸਿਰਫ ਕਿਉਂਕਿ ਜੰਗਲਾਤ ਮਹਿਕਮੇ ਨੇ ਆਪਣੀ ਡਿਊਟੀ ਨਹੀਂ ਕੀਤੀ। ਜੇਕਰ ਡਿਊਟੀ ਕੀਤੀ ਹੁੰਦੀ ਤਾਂ ਅੱਜ ਇਹ ਰਸਤਾ ਸਾਫ਼ ਹੁੰਦਾ। ਕੀ ਕਹਿਣਾ ਚਾਹੋਗੇ ਪੂਰੀ ਘਟਨਾ ਬਾਰੇ? ਘਟਨਾ ਬਾਰੇ ਇਹੀ ਹੈ ਕਿ ਇੱਧਰ ਦੀ ਇੱਕ ਮੋਟਰਸਾਈਕਲ ਆਉਣ ਡਿਆ ਸੀ, ਬਹੁਤ ਹੀ ਮੁਸ਼ਕਿਲ ਨਾਲ ਦੋਵੇਂ ਜੀ ਬਚੇ ਆ। ਹੁਣ ਥੋੜ੍ਹੀ ਸੱਟ ਹੀ ਲੱਗੀ ਇੱਥੇ, ਮਤਲਬ ਆਪਣੀ ਲੱਤ 'ਤੇ, ਉਹ ਚਲੋ ਚਲੇ ਗਏ ਆ। ਇਹ ਬੜਾ ਤਕੜਾ ਹਾਦਸਾ ਵਾਪਰ ਸਕਦਾ ਸੀ। ਹੁਣ ਆਪਣਾ ਉਹ ਗੈਸ ਟੈਂਕਰ ਜਾਂਦਾ ਸੀ, ਇੱਕੋ ਪਾਰ ਕਰ ਗਿਆ, ਪਾਸ ਕਰ ਗਿਆ, ਮੈਂ ਇੱਥੇ ਲੈ ਕੇ ਆਉਣ ਡਿਆ ਸੀ। ਇੰਨੀ ਦੇਰ ਮੈਂ ਪਿੱਛੇ ਬ੍ਰੇਕ ਲੈ ਲਈ, ਹੋ ਸਕਦਾ ਮੇਰੇ ਅੱਗੇ ਕੋਈ ਮੋਟਰਸਾਈਕਲ ਵਾਲਾ ਡਿੱਗ ਪੈਂਦਾ, ਕੁਛ ਇਸੇ ਹਾਸੇ ਨਹੀਂ ਦੇਖਦਾ, ਹਾਸਾ ਬੜਾ ਤਕੜਾ ਹੋ ਸਕਦਾ ਸੀ। ਹਾਂਜੀ, ਕਈ ਮਾਰ ਦਿੱਤੇ। ਤੁਸੀਂ ਕੀ ਕਹਿਣਾ ਚਾਹੋਗੇ ਪੂਰੇ ਹਾਦਸੇ ਬਾਰੇ? ਦੱਸ ਤਾਂ ਆਈ ਹੈ, ਹੁਣ ਬਚ ਗਏ ਤਿੰਨ ਚਾਰ ਮੋਟਰਸਾਈਕਲ ਵਿਚਾਰੇ, ਹੋਰ ਕੀ ਹੈ, ਬੱਸ ਉੱਪਰ ਜਾਂਦੇ ਫਿਰ ਕੀ, ਕਿੰਨੀਆਂ ਸਵਾਰੀਆਂ ਜੀ ਫਿਰ? ਸੋ ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦਾ ਨਤੀਜਾ ਭੁਗਤ ਸਕਦੇ ਸੀ ਇਹ ਆਮ ਲੋਕ, ਇਹ ਆਮ ਸਵਾਰੀਆਂ, ਜੋ ਕਿ ਆਪਣੇ ਕੰਮਾਂ ਕਾਜਾਂ ਤੋਂ ਅਤੇ ਆਪਣੇ ਕੰਮਾਂ ਕਾਰਾਂ ਤੋਂ ਵਾਪਸ ਜਾ ਰਹੇ ਨੇ। ਕੋਈ ਘਰ ਜਾ ਰਿਹਾ ਹੈ, ਕੋਈ ਕੰਮ 'ਤੇ ਜਾ ਰਿਹਾ ਹੈ। ਸੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੇ ਹਾਦਸੇ ਦਾ ਸਬੱਬ ਬਣ ਰਹੇ ਨੇ ਇਹ ਦਰਖਤ। ਸਰਦੂਲਗੜ੍ਹ ਰੋਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਪੂਰੀ ਆਵਾਜਾਈ ਅਸਤ ਵਿਅਸਤ ਹੋ ਗਈ ਹੈ, ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਹੌਲੀ ਹੌਲੀ ਹੁਣ ਟ੍ਰੈਫਿਕ ਹੈ ਜੋ ਉਸਨੂੰ ਸਾਫ਼ ਕੀਤਾ ਜਾ ਰਿਹਾ ਹੈ। ਇੱਥੋਂ ਦੇ ਜੋ ਨਿਵਾਸੀ ਨੇ, ਆਮ ਨਿਵਾਸੀਆਂ ਵੱਲੋਂ, ਇੱਥੋਂ ਦੇ ਰਹਿਣ ਵਾਲੇ ਲੋਕਲ ਵਸਨੀਕਾਂ ਵੱਲੋਂ ਆਵਾਜਾਈ ਨੂੰ ਕਲੀਅਰ ਕੀਤਾ ਜਾ ਰਿਹਾ ਹੈ ਤਾਂ ਕਿ ਜੋ ਲੋਕ ਨੇ ਉਹ ਹੈਰਾਨ ਪਰੇਸ਼ਾਨ ਨਾ ਹੋਣ ਅਤੇ ਸਮੇਂ 'ਤੇ ਆਪੋ ਆਪਣੇ ਘਰ ਪਹੁੰਚ ਸਕਣ। ਸੋ ਇਸ ਪੂਰੇ ਹਾਦਸੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਸਾਨੂੰ ਆਪਣੇ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ। ਦੇਸ਼ ਅਤੇ ਦੁਨੀਆ ਨਾਲ ਜੁੜੀਆਂ ਤਮਾਮ ਤਾਜ਼ਾ ਤਰੀਨ ਖਬਰਾਂ ਦੇ ਲਈ ਬਣੇ ਰਹਿਣਾ ਸਾਡੇ ਨਾਲ ਅਤੇ ਦੇਖਦੇ ਰਹਿਣਾ ਵੌਇਸ ਆਫ ਪੰਜਾਬ ਟੀਵੀ।